ਹਰੇ ਭਰੇ ਲਹਿ ਲਹਾਉਂਦੇ ਖੇਤ ਜੋ ਉਗਾਉਂਦੇ ਨੇ ਸੁਨਹਿਰੀ ਸਵੇਰ ਜਿਹੀਆਂ ਫਸਲਾਂ। ਗੁਨਗੁਨਾਉਂਦੀ ਹੈ ਜ਼ਿੰਦਗੀ ਤਾਂ ਗੂੰਜ ਉੱਠਦਾ ਹੈ ਸੰਗੀਤ ਖੁਸ਼ਹਾਲੀ ਦਾ, ਤਰੱਕੀ ਦਾ, ਉੱਨਤੀ ਦਾ। ਭਾਰਤ ਦੀ ਖੁਸ਼ਹਾਲੀ ਨੂੰ ਚਾਰ ਚੰਦ ਲਾਉਣ ਲਈ ਹੁਣ ਗੂੰਜੀ ਹੈ ਇੱਕ ਨਵੀਂ ਆਵਾਜ਼, ਹੋਇਆ ਹੈ ਇੱਕ ਨਵੇਂ ਯੁੱਗ ਦਾ ਆਗਾਜ਼, ਭਰੀ ਹੈ ਕਿਸਾਨਾਂ ਦੇ ਚਾਵਾਂ ਨੇ ਨਵੀਂ ਪਰਵਾਜ਼। ਐਗਰੀ ਕਿੰਗ 2055 ਐਗਰੀ ਕਿੰਗ 2055 ਖੇਤਾਂ ਦਾ ਬਾਦਸ਼ਾਹ, ਬਣਾਏ ਖੁਸ਼ਹਾਲੀ ਦਾ ਰਾਸਤਾ। ਐਗਰੀ ਕਿੰਗ ਦੀ ਹਾਜ਼ਰੀ ਨੇ ਭਾਰਤ ਦੇ ਟਰੈਕਟਰ ਉਦਯੋਗ ਦੀ ਦਹਾਕਿਆਂ ਪੁਰਾਣੀ ਤਕਨੀਕ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਸਾਨਾਂ ਦੀ ਸਾਂਝ ਪੁਆਈ ਹੈ ਆਉਣ ਵਾਲੇ ਸਮੇਂ ਦੀ ਨਵੀਂ ਅਤੇ ਬਿਹਤਰੀਨ ਤਕਨੀਕ ਦੇ ਨਾਲ। ਮਜ਼ਾ ਹੀ ਆਗਾ ਐਗਰੀ ਕਿੰਗ ਟਰੈਕਟਰ ਚਲਾ ਕੇ। ਐਗਰੀ ਕਿੰਗ ਚਲਾਉਣਾ ਬੜਾ ਹੀ ਸੌਖਾ ਹੈ, ਮੈਂ ਕਈ ਕਈ ਘੰਟੇ ਐਗਰੀ ਕਿੰਗ ਚਲਾਉਂਦਾ ਹਾਂ, ਮੈਨੂੰ ਇੱਦਾਂ ਹੀ ਲੱਗਦਾ ਹੈ ਜਿੱਦਾਂ ਮੈਂ ਆਪਣੀ ਕਾਰ ਚਲਾ ਰਿਹਾ ਹੋਵਾਂ। ਬੜਾ ਦਮ ਹੈ ਜੀ ਇਸ ਐਗਰੀ ਕਿੰਗ ਟਰੈਕਟਰ ਮੇਂ, ਹਲ ਸੇ ਹਲ ਜ਼ਮੀਨ ਜੁਤਾਈ ਕਰਤਾ ਹੈ, ਸਭੀ ਟਰੈਕਟਰੋਂ ਸੇ ਡੀਜ਼ਲ ਕਮ ਲੇਤਾ ਹੈ ਔਰ ਕਮ ਸਮੇਂ ਲੇਤਾ ਹੈ। ਅਸੀਂ ਜੀ ਐਗਰੀ ਕਿੰਗ ਦੇ ਫੈਨ ਹੋ ਗਏ ਹਾਂ, ਸਾਰੀ ਜ਼ਿੰਦਗੀ ਬੜੇ ਟਰੈਕਟਰ ਚਲਾਏ, ਖੇਤੀਬਾੜੀ ਕੀਤੀ, ਐਗਰੀ ਕਿੰਗ ਲਾਜਵਾਬ। ਐਗਰੀ ਕਿੰਗ ਨੂੰ ਆਕਾਰ ਮਿਲਦਾ ਹੈ ਐਗਰੀ ਕਿੰਗ ਟਰੈਕਟਰਸ ਐਂਡ ਇਕਵਿਪਮੈਂਟਸ ਪ੍ਰਾਈਵੇਟ ਲਿਮਿਟਿਡ ਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਮਜੌਲੀ ਵਿੱਚ ਲੱਗੇ ਗ੍ਰੀਨ ਫੀਲਡ ਪ੍ਰੋਜੈਕਟ ਵਿੱਚ, ਜਿੱਥੇ ਐਗਰੀ ਕਿੰਗ 2055 ਦੇ ਹਰ ਇੱਕ ਪੁਰਜ਼ੇ ਨੂੰ ਅੰਤਰਰਾਸ਼ਟਰੀ ਪੱਧਰ ਦੀ ਟੈਕਨੋਲੋਜੀ ਦੇ ਮਾਪਦੰਡਾਂ ਦੇ ਆਧਾਰ ਤੇ ਬਣਾਇਆ ਜਾਂਦਾ ਹੈ। ਉੱਚ ਪੱਧਰ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਅਤਿ ਆਧੁਨਿਕ ਮਸ਼ੀਨਾਂ ਦੀ ਵਰਤੋਂ ਦੇ ਨਾਲ ਨਾਲ ਤਜਰਬੇਕਾਰ ਇੰਜੀਨੀਅਰ ਅਤੇ ਕਾਰੀਗਰ ਬੜੀ ਹੀ ਬਾਰੀਕੀ ਨਾਲ ਇੱਕ ਇੱਕ ਪੁਰਜ਼ੇ ਦੇ ਇੱਕ ਇੱਕ ਹਿੱਸੇ ਨੂੰ ਜਾਂਚਦੇ, ਪਰਖਦੇ ਅਤੇ ਤਰਾਸ਼ਦੇ ਨੇ ਤਾਂ ਕਿ ਇਹ ਪੁਰਜ਼ੇ ਕੁਆਲਿਟੀ ਮਾਪਦੰਡਾਂ ਦੇ ਹਰ ਪੜਾਅ ਦੇ ਇਮਤਿਹਾਨ ਨੂੰ ਆਸਾਨੀ ਨਾਲ ਪਾਰ ਕਰ ਸਕਣ ਅਤੇ ਕਿਸਾਨਾਂ ਨੂੰ ਮਿਲ ਸਕੇ ਬਿਹਤਰੀਨ ਤਕਨੀਕ ਵਾਲਾ ਦਮਦਾਰ ਟਰੈਕਟਰ। ਸਾਲਾਂ ਦੀ ਖੋਜ ਅਤੇ ਟੈਸਟਿੰਗ ਵਿੱਚੋਂ ਨਿਕਲ ਕੇ ਹੀ ਇਸ ਨੂੰ ਦਿੱਤੀ ਗਈ ਹੈ ਸਿੰਕਰੋਮੈਸ਼ ਤਕਨੀਕ, ਜੋ ਟਰੈਕਟਰ ਨੂੰ ਚਲਾਉਣ ਦੇ ਵਿੱਚ ਕਾਰ ਵਰਗਾ ਸੌਖਾ ਬਣਾਉਂਦੀ ਹੈ। ਮੈਂ ਦਿਲਬਾਗ ਸਿੰਘ, ਪਿਛਲੇ 30-35 ਸਾਲ ਤੋਂ ਖੇਤੀ ਕਰ ਰਿਹਾ ਹਾਂ। ਕੋਈ 4-5 ਟਰੈਕਟਰ ਇਸ ਤੋਂ ਪਹਿਲਾਂ ਮੈਂ ਹੰਢਾ ਚੁੱਕਾ ਹਾਂ, ਜਿਹਦੇ ਵਿੱਚ ਸਭ ਤੋਂ ਪਾਵਰਫੁੱਲ ਟਰੈਕਟਰ ਦੱਸਿਆ ਜਾਂਦਾ ਸੀ। ਉਸ ਤੋਂ ਬਾਅਦ ਅਸੀਂ 2013 ਵਿੱਚ ਮੈਂ ਐਗਰੀ ਕਿੰਗ ਟਰੈਕਟਰ ਲਿਆ, ਜਿਹੜਾ ਕਿ ਨਵੀਂ ਤਕਨੀਕ ਨਾਲ ਲੈਸ ਹੈ ਔਰ ਗੇਅਰ ਸਿਸਟਮ ਇਹਦਾ ਬਹੁਤ ਹੀ ਈਜ਼ਲੀ ਕੀਤਾ ਹੋਇਆ ਹੈ। ਅਤੇ ਫਿਜੀਕਲੀ ਪ੍ਰੋਬਲਮ ਕਰਕੇ ਮੈਨੂੰ ਪਹਿਲੇ ਟਰੈਕਟਰ ਦੇ ਵਿੱਚ ਬ੍ਰੇਕ ਲਗਾਉਣ, ਕਲੱਚ ਲਗਾਉਣ ਥੋੜ੍ਹੀ ਪ੍ਰੋਬਲਮ ਆਉਂਦੀ ਸੀ, ਪਰ ਜਿਉਂ ਦਾ ਐਗਰੀ ਕਿੰਗ ਟਰੈਕਟਰ ਲਿਆ ਹੈ, ਜਿਉਂ ਦਾ ਮੈਂ ਚਲਾ ਰਿਹਾ, ਜੇ ਹੀ ਮੈਂ ਕਾਰ ਚਲਾ ਲਈ ਤਿਆ ਹੀ ਟਰੈਕਟਰ ਚਲਾ ਲਿਆ।
ਕੋਈ ਪ੍ਰੋਬਲਮ ਨਹੀਂ ਆ ਰਹੀ। 16 ਅਗਲੀਆਂ ਅਤੇ 8 ਪਿਛਲੀਆਂ ਯਾਨੀ ਕੁੱਲ 24 ਸਪੀਡਾਂ। ਇਸ ਨੂੰ ਬਾਕੀ ਟਰੈਕਟਰਾਂ ਤੋਂ ਵੱਖਰਾ ਕਰਨ ਦੇ ਨਾਲ ਨਾਲ ਡੀਜ਼ਲ ਦੀ ਬਚਤ ਕਰਾ ਕੇ ਇਸ ਨੂੰ ਬਹੁਤ ਹੀ ਕਿਫਾਇਤੀ ਵੀ ਬਣਾਉਂਦੀਆਂ ਨੇ। ਇਹ ਟਰੈਕਟਰ ਕਿਸਾਨ ਦੀ ਫਿਊਲ ਦੇ ਵਿੱਚ ਡੀਜ਼ਲ ਦੇ ਵਿੱਚ ਉਹਨੂੰ ਵੱਡੀ ਬਚਤ ਕਰਕੇ ਦਿੰਦਾ। ਉਹਦੀ ਜਿਹੜੀ ਰੋਜ਼ ਜੇਬ ਕੱਟੀ ਜਾਂਦੀ ਸੀ ਉਹ ਉਹਦੀ ਜੇਬ ਕੱਟਣ ਤੋਂ ਇਹ ਟਰੈਕਟਰ ਬਚਾ ਰਿਹਾ ਵਾ। ਪੂਰੀ ਹਨੇਰੀ ਰਾਤ ਦੇ ਵਿੱਚ ਇਹ ਧੂੰਆਂ ਨਹੀਂ ਕੱਢਦਾ, ਚੰਗਿਆਲਾ ਨਹੀਂ ਕੱਢਦਾ, ਇਹ RPM ਨਹੀਂ ਘਟਾਉਂਦਾ, ਇਹ ਚੱਕਰ ਨਹੀਂ ਤੋੜਦਾ, ਇਹ ਅੱਗੋਂ ਚੁੱਕਿਆ ਨਹੀਂ ਜਾਂਦਾ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੇ ਨਾਲ ਕਿਸਾਨ ਜੂਝਦਾ ਸੀ, ਇੱਕ ਸੱਟ ਦੇ ਨਾਲ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਨੇ। ਮੈਂ 1.5 ਸਾਲ ਤੋਂ ਐਗਰੀਕਿੰਗ 20-55 ਦਾ ਟਰੈਕਟਰ ਯੂਜ਼ ਕਰ ਰਿਹਾ। ਪਹਿਲਾਂ ਬਹੁਤ ਟਰੈਕਟਰ ਯੂਜ਼ ਕੀਤੇ ਆ, ਪਰ ਇਹ ਟਰੈਕਟਰ ਹੋਰ ਟਰੈਕਟਰਾਂ ਨਾਲੋਂ ਬਹੁਤ ਜ਼ਿਆਦਾ ਹੀ ਚੰਗਾ ਹੈ। ਚਲਾਉਣ ਵਿੱਚ ਕੰਫਰਟੇਬਲ, ਖਰਚੇ ਪੱਖੋਂ ਬਹੁਤ ਘੱਟ, 50 ਪਾਵਰ ਦਾ ਟਰੈਕਟਰ 60 ਪਾਵਰ ਦੇ ਟਰੈਕਟਰ ਦਾ ਕੰਮ ਕਰਦਾ। ਨਿਊ ਜਨਰੇਸ਼ਨ ਦਾ ਟਰੈਕਟਰ ਹੈ ਜੀ ਇਹ, ਜੋ ਕਿ ਅੱਜ ਕੱਲ੍ਹ ਦੇ ਟਰੈਕਟਰਾਂ ਨੂੰ ਬਹੁਤ ਮਾਤ ਪਾ ਰਿਹਾ ਹੈ, ਡੀਜ਼ਲ ਪੱਖੋਂ ਵੀ, ਜ਼ੋਰ ਪੱਖੋਂ ਵੀ। ਗੇਅਰਾਂ ਦੀ ਸਹੂਲਤ ਹੋਣ ਕਰਕੇ ਜ਼ਿਮੀਂਦਾਰ ਕੋਲ ਇੰਨੇ ਗੇਅਰ ਹੋ ਗਏ ਕਿ ਉਹ ਘੱਟ ਤੋਂ ਘੱਟ, ਘੋੜੇ ਤੋਂ ਘੋੜਾ, ਹਾਥੀ ਤੋਂ ਹਾਥੀ ਟਰੈਕਟਰ ਨੂੰ ਕਦੇ ਵੀ ਕਰ ਸਕਦਾ ਹੈ। ਇਹਦੇ ਸੜਕ ਦੇ ਲਈ ਜੁਦੇ ਗੇਅਰ ਹੋਣ ਕਰਕੇ ਡੀਜ਼ਲ ਦਾ ਖਰਚਾ ਜੁਦਾ ਘਟਾ ਦਿੰਦਾ ਹੈ, ਅਤੇ ਬਹਾਈ ਲਈ ਜੁਦੇ ਗੇਅਰ, ਟਰਾਲੀ ਲਈ ਸਪੈਸ਼ਲ ਬੈਕ ਲਈ ਆਪਸ਼ਨ ਹੈ, ਜੋ ਕਿ ਜਿਹੜਾ ਟਰੈਕਟਰ ਸਿਰਫ 2 ਗੇਅਰਾਂ 'ਚ ਹਾਈ ਲੋ 'ਚ ਬੈਕ ਕਰਦਾ, ਇਹ 8 ਗੇਅਰਾਂ 'ਚ ਬੈਕ ਕਰਦਾ ਹੈ ਟਰਾਲੀ ਨੂੰ। ਸਾਰੇ ਟਰੈਕਟਰ ਚਲਾ ਕੇ ਵੇਖੇ ਹਾਂ। ਹੁਣ ਅਸੀਂ 20-55 ਐਗਰੀਕਿੰਗ ਟਰੈਕਟਰ ਲਿਆ ਜੀ। ਸਾਨੂੰ ਇਹਦੇ ਚਲਾਉਣ 'ਤੇ ਸਾਨੂੰ ਬਹੁਤ ਫਾਇਦਾ ਹੋਇਆ, ਬਹੁਤ ਸਾਨੂੰ ਦਿਖਦਾ ਵੀ ਸਾਡੀ ਜ਼ਿਮੀਂਦਾਰ ਦੇ ਹੱਕ ਦਾ ਟਰੈਕਟਰ ਹੈ, ਕੰਮ ਵੱਧ ਕਰਦਾ, ਡੀਜ਼ਲ ਘੱਟ ਖਾਂਦਾ ਬਈ। ਹੋਰ ਵੀ ਇਹਦੇ 'ਚ ਬਹੁਤ ਤਕਨੀਕਾਂ ਹੈ ਵੀ, ਨਾ ਇਹ ਗਰਮ ਹੁੰਦਾ ਹੈ, ਨਾ ਕੋਈ ਕਿਸੇ ਵੀ ਗੱਲ ਦੀ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਹੈ। ਗੇਅਰਾਂ 'ਚ ਵੀ ਬਹੁਤ ਖੂਬੀਆਂ, ਕਿੰਨਾ ਹੀ ਹੌਲੀ ਤੋਂ ਹੌਲੀ ਚਲਾ ਲਓ, ਕਿੰਨਾ ਹੀ ਤੇਜ਼ ਤੋਂ ਤੇਜ਼ ਚਲਾ ਲਓ, ਕੋਈ ਮੂਹਰੋਂ ਨਹੀਂ ਉੱਠਦਾ, ਕਿਤੇ ਹੋਰ ਕੋਈ ਹਰਕਤ ਨਹੀਂ ਦਿਖਾਉਂਦਾ ਵੀ। ਸਾਰੇ ਕੰਮਾਂ ਨੂੰ ਟਰੈਕਟਰ ਬਹੁਤ ਤਕੜਾ, ਰੂਟਾਵੀਟਰ ਨੂੰ ਬਹੁਤ ਤਕੜਾ, ਕੋਈ ਕੋਈ ਕਿਸੇ ਕਿਸਮ ਦੀ ਕੋਈ ਹਰਕਤ ਨਹੀਂ ਕਰਦਾ, ਤੇਲ ਪੱਖੋਂ ਸਹੀ ਹੈ, ਕੰਮ ਪੂਰਾ ਕਰਦਾ। ਮੈਨੂੰ 5 ਸਾਲ ਹੋ ਗਏ ਜੀ ਖੇਤੀ ਨਾਲ ਜੁੜੇ ਨੂੰ, ਅਤੇ ਮੈਂ 5 ਸਾਲ ਦੇ ਵਿੱਚ 3-4 ਟਰੈਕਟਰ ਯੂਜ਼ ਕਰ ਹਟਿਆ। ਹੁਣ ਮੈਂ ਐਗਰੀਕਿੰਗ ਵਰਤ ਰਿਹਾ ਵਾਂ, ਇਹ ਟਰੈਕਟਰ ਦਾ ਉਹਨਾਂ ਉਸ ਟਰੈਕਟਰਾਂ ਨਾਲੋਂ ਬਹੁਤ ਜ਼ਿਆਦਾ ਫਰਕ ਲੱਗਿਆ, ਅਤੇ ਤੇਲ ਵੀ ਘੱਟ ਖਾਂਦਾ ਉਹਨਾਂ ਨਾਲੋਂ, ਅਤੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਕੰਮ ਕਰਦਾ, ਅਤੇ ਇਹਦੇ 16 ਗੇਅਰ ਅੱਗੇ ਨੂੰ ਹਨ, ਅਤੇ 8 ਗੇਅਰ ਵਰਸ ਹਨ, 24 ਗੇਅਰ ਹੋਣੇ। ਆ ਜਿਹੋ ਜਿਹਾ ਕੰਮ ਹੁੰਦਾ ਉਹਦੇ ਹਿਸਾਬ ਨਾਲ ਇਹ ਮਤਲਬ ਗੇਅਰ ਲਾ ਦਿਓ ਤਾਂ ਕੰਮ ਵੀ ਕਰਦਾ, ਅਤੇ ਤੇਲ ਵੀ ਘੱਟ ਖਾਂਦਾ, ਅਤੇ ਘੱਟ ਸਮਾਂ ਲੈਂਦਾ ਕੰਮ ਕਰਨ ਲਈ, ਕੰਮ ਜ਼ਿਆਦਾ ਕਰਦਾ, ਅਤੇ ਚਲਾਉਣ ਵਿੱਚ ਆਰਾਮਦਾਇਕ ਹੈ, ਅਤੇ ਬੰਦਾ ਦਿਨ ਭਰ ਰਾਤ ਕੰਮ ਕਰਦਾ ਤਾਂ ਥੱਕਦਾ ਨਹੀਂ ਕਰ ਰਿਹਾ। ਨਵੀਂ ਪੀੜ੍ਹੀ ਦੇ ਇਸ ਟਰੈਕਟਰ ਦੀ ਜਾਨ ਹੈ ਜਰਮਨ ਟੈਕਨੋਲੋਜੀ, ਜੋ ਪੂਰੇ ਯੂਰਪ ਵਿੱਚ ਆਪਣੀਆਂ ਖੂਬੀਆਂ ਦਾ ਸਫਲ ਪ੍ਰਦਰਸ਼ਨ ਕਰਕੇ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੀ ਹੈ। ਇਹ ਤਕਨੀਕ ਐਗਰੀਕਿੰਗ 20-55 ਨੂੰ ਦਿੰਦੀ ਹੈ ਮਜ਼ਬੂਤੀ, ਘੱਟ ਸਮੇਂ ਵਿੱਚ ਵੱਧ ਕੰਮ ਕਰਨ ਦੀ ਸਮਰੱਥਾ। We'll be right back.
ਮੈਂ ਸਤਨਾਮ ਸਿੰਘ ਕੈਲਾ ਮੋਟਰ ਗੈਰਜ ਰੈਕੋਡ ਤੋਂ ਹਾਂ, ਜ਼ਿਲ੍ਹਾ ਲੁਧਿਆਣਾ ਹੈ। ਸਾਡਾ ਸੰਨ 76 ਤੋਂ ਇੱਥੇ ਟਰੈਕਟਰ ਗਿਆ ਵਰਕਸ਼ਾਪ ਹੈ। ਸਾਡੇ ਕੋਲ ਅਨੇਕਾਂ ਤਰ੍ਹਾਂ ਦੇ ਟਰੈਕਟਰ ਰਿਪੇਅਰਿੰਗ ਲਈ ਆਉਂਦੇ ਹਨ, ਚਾਹੇ ਕਿੰਨੇ ਵੀ ਪਾਪੂਲਰ ਟਰੈਕਟਰ ਨੇ। ਅਸੀਂ ਦੇਖਿਆ ਕਿ ਜੋ ਐਗਰੀਕੈਂਗ ਟਰੈਕਟਰ ਆ, ਮਾਰਕੀਟ ਵਿੱਚ ਇੱਕ ਨਵਾਂ ਟਰੈਕਟਰ ਆਇਆ, ਪਰ ਇਸ ਦੀ ਜੋ ਤਕਨੀਕ ਹੈ, ਇੱਥੇ ਪਾਪੂਲਰ ਟਰੈਕਟਰਾਂ ਨੂੰ ਚੈਲੰਜ ਕਰਨ ਵਾਲੀ ਤਕਨੀਕ ਹੈ। ਇਹਦਾ ਜੋ ਫੁੱਲੀ ਸੈਂਕਰੋਮੈਸ਼ ਗੇਅਰ ਬਾਕਸ ਹੈ, ਉਸ ਦੀ ਇੱਕ ਵੱਖਰੀ ਮਿਸਾਲ ਹੈ, ਇੱਕ ਦਮਦਾਰ ਮਿਸਾਲ ਹੈ। ਦਮਦਾਰ ਟਰੈਕਟਰ ਹੈ, ਵਧੀਆ ਇੰਜਣ ਹੈ। ਇਸ ਟਰੈਕਟਰ ਦੀ ਕੰਮ ਕਰਨ ਦੀ ਸਮਰੱਥਾ ਜੋ ਦੂਸਰੇ ਟਰੈਕਟਰਾਂ ਬਹੁਤ ਵਧੀਆ ਹੈ, ਤਕਨੀਕ ਬਹੁਤ ਵਧੀਆ। ਅਸੀਂ ਕਹਿੰਦੇ ਹਾਂ ਕਿ ਇਹ ਟਰੈਕਟਰ ਨੂੰ ਬਹੁਤ ਸਾਲਾਂ ਤੱਕ, ਬਹੁਤ ਦੇਰ ਤੱਕ ਚਲਾਉਣ 'ਤੇ ਵੀ ਕਿਸੇ ਤਰ੍ਹਾਂ ਦੀ ਪਾਰਟਸ ਦੀ ਜਾਂ ਰਿਪੇਅਰਿੰਗ ਦੀ ਲੋੜ ਨਹੀਂ ਪਵੇਗੀ। ਸਾਰੇ ਫਾਰਮਰਸ ਭਰਾਵਾਂ ਨੂੰ ਇਹੀ ਸਲਾਹ ਦੇ ਰਿਹਾ ਹਾਂ ਕਿ ਐਗਰੀਕਿੰਗ ਖਰੀਦੋ, ਇਕਨੋਮਿਕਲੀ ਵੀ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਐਗਰੀਕਿੰਗ ਨਾਲ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਾਂ ਲਗਾ ਕੇ ਬਹੁਤ ਹੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਨੇ। ਐਗਰੀਕਿੰਗ ਦਾ ਮਕਸਦ ਹੈ ਕਿਸਾਨ ਭਰਾਵਾਂ ਨੂੰ ਵਾਜਬ ਕੀਮਤ ਤੇ ਵਧੇਰੇ ਜ਼ਿੰਦਗੀ ਵਾਲਾ ਟਰੈਕਟਰ ਦੇਣਾ। ਇਸੇ ਲਈ ਐਗਰੀਕਿੰਗ ਵਿੱਚ ਵਰਤੇ ਜਾਂਦੇ ਨੇ ਸੰਸਾਰ ਪ੍ਰਸਿੱਧ ਕੰਪਨੀਆਂ ਦੇ ਭਰੋਸੇਯੋਗ ਪੁਰਜ਼ੇ। ਐਗਰੀਕਿੰਗ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਕਿਸਾਨਾਂ ਦਾ ਸਾਥੀ ਬਣਿਆ ਹੈ। ਟਰੈਕਟਰ ਉਦਯੋਗ ਦੀਆਂ ਹੋਰ ਪ੍ਰਸਿੱਧ ਕੰਪਨੀਆਂ ਯੂਰਪ ਜਾਂ ਵਿਕਸਿਤ ਦੇਸ਼ਾਂ ਵਿੱਚ ਜੋ ਅਤ ਆਧੁਨਿਕ ਤਕਨੀਕ ਟਰੈਕਟਰਾਂ ਵਿੱਚ ਮੁਹੱਈਆ ਕਰਵਾਉਂਦੀਆਂ ਨੇ, ਉਹ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਲਾਂਚ ਕੀਤੇ ਜਾਂਦੇ ਆਪਣੇ ਟਰੈਕਟਰਾਂ ਵਿੱਚ ਮੁਹੱਈਆ ਨਹੀਂ ਕਰਵਾਉਂਦੀਆਂ। ਪਰ ਐਗਰੀਕਿੰਗ ਨੇ ਆਪਣੇ 20-55 ਮਾਡਲ ਵਿੱਚ ਜਰਮਨੀ ਵਰਗੇ ਵਿਕਸਿਤ ਦੇਸ਼ ਵਿੱਚ ਵਰਤੀ ਜਾਣ ਵਾਲੀ ਟੈਕਨੋਲੋਜੀ ਦੀ ਸਿੰਕਰੋਮੈਸ਼ ਤਕਨੀਕ ਅਤੇ 24 ਗੇਅਰ ਦੀ ਉਹੀ ਅੰਤਰਰਾਸ਼ਟਰੀ ਪੱਧਰ ਦੀ ਸਮਰੱਥਾ ਅਤੇ ਗੁਣਵੱਤਾ ਭਾਰਤੀ ਕਿਸਾਨਾਂ ਲਈ ਮੁਹੱਈਆ ਕਰਵਾਈ ਹੈ। ਯਾਨੀ ਬਿਹਤਰੀਨ ਟੈਕਨੋਲੋਜੀ, ਬੇਜੋੜ ਸਮਰੱਥਾ, ਸ਼ਾਨਦਾਰ ਕਾਰਜ ਕੁਸ਼ਲਤਾ ਅਤੇ ਵਾਜਬ ਕੀਮਤ। ਐਗਰੀਕਿੰਗ 20-55 ਨੂੰ ਬਣਾਉਂਦੀ ਹੈ ਇੱਕ ਸ਼ਾਹਕਾਰ ਟਰੈਕਟਰ, ਭਾਰਤੀ ਕਿਸਾਨ ਜਿਸ ਦੇ ਹੱਕਦਾਰ ਨੇ। ਕੰਪਨੀ ਦੇ ਪੂਰੇ ਭਾਰਤ ਭਰ ਵਿੱਚ ਕੋਈ 50 ਦੇ ਕਰੀਬ ਸੇਲਸ ਪੁਆਇੰਟ ਨੇ, ਜੋ ਥੋੜੇ ਹੀ ਸਮੇਂ ਵਿੱਚ ਦੁੱਗਣੇ ਕਰ ਲੈਣ ਦੀ ਯੋਜਨਾ ਹੈ। ਤੁਹਾਡੀ ਪਸੰਦ ਦੇ ਵੱਖ ਵੱਖ ਰੰਗਾਂ ਵਿੱਚ ਉਪਲਬਧ ਐਗਰੀਕਿੰਗ ਤੁਹਾਡੇ ਖੇਤਾਂ ਅਤੇ ਘਰਾਂ ਪਰਿਵਾਰਾਂ ਵਿੱਚ ਰੌਣਕ, ਖੁਸ਼ਹਾਲੀ ਅਤੇ ਨਵੇਂ ਯੁੱਗ ਦੇ ਰੰਗ ਭਰ ਰਿਹਾ ਹੈ। ਟਰੈਕਟਰ ਐਗਰੀਕਿੰਗ।